ਵੀ ਕੋਈ ਸਬੂਤ ਦੇ ਦਿਓ ਕਿਸੇ ਦੇ ਬਾਰੇ, ਜਾਂ ਤੁਸੀਂ ਗੱਲ ਕਰਦੇ ਹੋ ਉਹਦਾ ਕੋਈ ਸਬੂਤ ਲਿਆਓ। ਇਹਦਾ ਇਹ ਮਤਲਬ ਨਹੀਂ ਕੌਮ ਇੰਨੀ ਦਿਮਾਗਹੀਣ ਨਹੀਂ ਹੈ, ਇੰਨੀ ਬੁੱਧੀਹੀਣ ਨਹੀਂ ਹੈ ਕਿ ਅਗਰ ਕੋਈ ਕਹਿ ਦੇਵੇ ਤੇਰਾ ਕੰਨ ਕਾਂ ਲੈ ਗਿਆ ਤੇ ਕਾਂ ਦੇ ਪਿੱਛੇ ਦੌੜ। ਤੁਸੀਂ ਹਕੀਕਤ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਿੱਖਾਂ ਦੇ ਵਿੱਚ ਇੱਕ ਜਿਹਨੂੰ ਕਹਿ ਲਓ ਵੀ ਇੱਕ ਰੋਗ ਹੀ ਫੈਲ ਗਿਆ ਵਾ, ਵੀ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਮਹੱਤਵ ਜਿਹੜਾ ਬਹੁਤ ਜ਼ਿਆਦਾ ਦਿੰਦੇ ਨੇ, ਠੀਕ ਹੈ ਜੀ। ਉਹ ਪੱਖ ਸਿਰਫ ਇੱਕ ਹੀ ਵੇਖਦੇ ਨੇ, ਦੂਜਾ ਪੱਖ ਸੁਣਦੇ ਹੀ ਨਹੀਂ ਗੇ। ਮੈਂ ਗੱਲ ਕਰਨ ਲੱਗਾ ਵਾਂ ਬਾਬਾ ਤਰਸੇਮ ਸਿੰਘ ਜੀ, ਜਿਨ੍ਹਾਂ ਨੂੰ ਪਿਛਲੇ ਦਿਨੀ ਕੁਛ ਅਣਪਛਾਤੇ, ਹੁਣ ਤਾਂ ਉਹਨਾਂ ਦੀ ਪਛਾਣ ਹੋ ਚੁੱਕੀ ਆ, ਗੋਲੀ ਮਾਰ ਕੇ ਉਹਨਾਂ ਨੂੰ ਉਹਨਾਂ ਦੀ ਮੌਤ ਹੋ ਗਈ ਸੀ। ਪਰ ਉਹ ਜਿਹੜਾ ਕੂੜ ਪ੍ਰਚਾਰ ਚੱਲ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ, ਉਹ ਵੇਖ ਵੇਖ ਕੇ ਸੁਣ ਸੁਣ ਕੇ ਮੈਂ ਵੀ ਹੈਰਾਨ ਹਾਂ ਵੀ ਕਿਹੜੇ ਤਰੀਕੇ ਨਾਲ ਅਣਹੋਈਆਂ ਗੱਲਾਂ ਜਿਹੜੀਆਂ ਵਾ ਬਾਬਾ ਜੀ ਦੇ ਨਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਨੇ, ਔਰ ਦੂਜਾ ਪੱਖ ਕਿਸੇ ਨੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। 10-15 ਦਿਨ ਤੋਂ ਮੈਂ ਪੂਰਾ ਵਾਚ ਕਰ ਰਿਹਾ ਸਾਂ, ਮੈਂ ਕੋਸ਼ਿਸ਼ ਕੀਤੀ ਜਿੱਥੋਂ ਤੱਕ ਵੀ ਮੈਂ ਖੋਜ ਕਰ ਸਕਾਂ ਕੀਤੀ, ਪਰ ਉਹਦੇ ਵਿੱਚ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਈ ਆ ਵੀ ਜਿਹੜੀਆਂ ਗੱਲਾਂ ਕੁਛ ਜਿਹੜੀਆਂ, ਇੱਕ ਬਾਬਾ ਜੀ ਦਾ ਮੈਂ ਕਹਿੰਦਾ ਵੀ ਥੋੜ੍ਹੀ ਜਿਹੀ ਕਮੀ, ਉਹ ਅੜਬ ਸੁਭਾਅ ਦੇ ਸਨ ਵੀ ਉਹ ਚੀਜ਼ ਦਾ ਫਾਇਦਾ ਚੁੱਕ ਕੇ, ਜਾਂ ਇੱਕ ਕਮੀ ਹੋਰ ਸੀ ਵੀ ਉਹ ਕਦੀ ਵੀ ਸੋਸ਼ਲ ਮੀਡੀਆ 'ਤੇ ਜਾਂ ਆਪਣੇ ਆਣ ਕੇ ਮੀਡੀਆ ਦੇ ਸਾਹਮਣੇ ਆਣ ਕੇ ਕਦੀ ਵੀ ਕੋਈ ਗੱਲ ਨਹੀਂ ਸਨ ਕਰਦੇ। ਉਹ ਕਹਿੰਦੇ ਸੀ ਵੀ ਅਸੀਂ ਤਾਂ ਸੇਵਾ ਕਰਨੀ ਆ, ਸਾਨੂੰ ਕੀ ਲੱਗੇ ਜੋ ਮਰਜ਼ੀ ਕੋਈ ਕਹਿੰਦਾ ਰਹੇ, ਉਹਨਾਂ ਸਾਨੂੰ ਕੋਈ ਮਤਲਬ ਨਹੀਂ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਹੀ ਨਜਾਇਜ਼ ਫਾਇਦਾ ਚੁੱਕ ਕੇ ਜਿਹੜਾ ਕਿ ਉਹਨਾਂ ਦੇ ਨਾਲ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਵਾਧੀਆਂ ਦੇ ਦਿੱਤੀਆਂ ਗਈਆਂ, ਕਈ ਤਰ੍ਹਾਂ ਦੇ ਉਹਨਾਂ ਨੂੰ ਮੈਡਲ ਦੇ ਦਿੱਤੇ ਗਏ, ਇਹ ਸਾਰੀਆਂ ਚੀਜ਼ਾਂ ਸੁਣ ਕੇ ਇੱਥੋਂ ਦੀ ਜਿਹੜੀ ਸੰਗਤ ਆ ਉਹਨਾਂ ਦਾ ਵੀ ਹਿਰਦਾ ਦੁਖੀ ਹੁੰਦਾ ਵਾ, ਅਤੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦਾ ਵੀ ਹਿਰਦਾ ਦੁਖੀ ਹੁੰਦਾ ਵੀ ਜੇ ਅਸੀਂ ਆਪ ਹੀ ਆਪਣੇ ਹੱਥੀਂ ਆਪਣੀਆਂ ਸੰਸਥਾਵਾਂ ਨੂੰ ਇਸ ਤਰੀਕੇ ਨਾਲ ਭੰਨਣ ਲੱਗ ਪਏ, ਜਾਂ ਇੱਥੋਂ ਤੱਕ ਅਸੀਂ ਡਿੱਗ ਗਏ ਕਿ ਅਸੀਂ ਬਿਨਾਂ ਸੋਚੇ ਸਮਝੇ ਹੀ ਗੱਲਾਂ ਕਰਨ ਲੱਗ ਪਏ, ਠੀਕ ਹੈ ਜੀ, ਅਤੇ ਇਹਦਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਹੋਵੇਗਾ। ਮੇਰੇ ਨਾਲ ਨੇ ਗਿਆਨੀ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਪਟਨਾ ਸਾਹਿਬ ਜੀ, ਉਹਨਾਂ ਨਾਲ ਗੱਲਬਾਤ ਕਰਾਂਗਾ, ਕਿਉਂਕਿ ਉਸ ਇਹ ਜਥੇਦਾਰ ਸਾਹਿਬ ਇਸ ਏਰੀਏ ਦੇ ਵਿੱਚ ਕਾਫੀ ਵਿਚਰਦੇ ਰਹੇ ਨੇ, ਇੱਥੇ ਸੇਵਾ ਵੀ ਕਰਦੇ ਰਹੇ ਨੇ, ਅਤੇ ਇਹ ਸਾਰੇ ਹੀ ਆਪਣੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਇਹਨਾਂ ਨਾਲ ਗੱਲਬਾਤ ਕਰਾਂਗਾ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜਿਵੇਂ ਮੈਂ ਗੱਲ ਕਰ ਰਿਹਾ ਸਾਂ ਵੀ ਅੱਜ ਸਾਡੇ ਸਿੱਖਾਂ ਦਾ ਬਹੁਤ ਜਿਹੜਾ ਇੱਕ ਤਰ੍ਹਾਂ ਦਾ ਰੋਗ ਬਣ ਗਿਆ, ਇੱਕ ਸੁਭਾਅ ਹੀ ਬਣ ਗਿਆ ਵਾ ਵੀ ਉਹ ਸੁਣੀਆਂ ਸੁਣਾਈਆਂ ਗੱਲਾਂ ਨੂੰ ਹੀ ਆਧਾਰ ਬਣਾ ਕੇ ਆਪ ਨਾਲ 2-4 ਹੋਰ ਜੋੜ ਕੇ ਸੋਸ਼ਲ ਮੀਡੀਆ 'ਤੇ ਰੌਲਾ ਪਾਈ ਜਾਂਦੇ ਨੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮਹਾਂਪੁਰਖਾਂ ਦੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਰਾਈ ਖੇਤਰ ਦੇ ਵਿੱਚ, ਤੁਸੀਂ ਸਾਰਾ ਵੇਖਿਆ ਵਾ, ਤੁਸੀਂ ਆਪ ਵੀ ਸੇਵਾ ਕਰਦੇ ਰਹੇ ਹੋ, ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਪਹਿਲੀ ਗੱਲ ਤਾਂ ਇਹ ਹੈ, ਮੈਂ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕੋਈ ਸਬੂਤ ਦੇ ਦਿਓ ਕਿਸੇ ਦੇ ਬਾਰੇ, ਜਾਂ ਤੁਸੀਂ ਗੱਲ ਕਰਦੇ ਹੋ ਉਹਦਾ ਕੋਈ ਸਬੂਤ ਲਿਆਓ। ਇਹਦਾ ਇਹ ਮਤਲਬ ਨਹੀਂ ਕੌਮ ਇੰਨੀ ਦਿਮਾਗਹੀਣ ਨਹੀਂ ਹੈ, ਇੰਨੀ ਬੁੱਧੀਹੀਣ ਨਹੀਂ ਹੈ ਕਿ ਅਗਰ ਕੋਈ ਕਹਿ ਦੇਵੇ ਤੇਰਾ ਕੰਨ ਕਾਂ ਲੈ ਗਿਆ ਤਾਂ ਕਾਂ ਦੇ ਪਿੱਛੇ ਦੌੜ ਪਏ। ਤੁਸੀਂ ਹਕੀਕਤ ਦੇਖੋ। ਹਕੀਕਤ ਇਹ ਹੈ, ਮੈਂ ਬਚਪਨ ਤੋਂ ਇਸ ਇਲਾਕੇ ਵਿੱਚ ਰਿਹਾ ਹਾਂ, 84 ਤੋਂ ਬਾਅਦ ਅਸੀਂ ਪੰਜਾਬ ਵਿੱਚ ਗਏ ਹਾਂ, ਇੱਥੇ ਬਚਪਨ ਵਿੱਚ ਸੇਵਾ ਕਰਨ ਆਉਂਦੇ ਰਹੇ, ਗੱਡੀਆਂ ਜਾਂਦੀਆਂ ਸੀ, ਟਰੱਕ ਜਾਂਦੇ ਸੀ, ਬੱਸਾਂ ਜਾਂਦੀਆਂ ਸੀ, ਉਹਦੇ ਸੰਗਤ ਦੇ ਨਾਲ ਅਸੀਂ ਆਉਂਦੇ ਰਹੇ, ਆਪਣੀ ਖੇਤੀ ਦਾ ਦਸਵੰਧ ਕੱਢਦੇ ਰਹੇ, ਅੱਜ ਵੀ ਜਾ ਕੇ ਮਹਾਂਪੁਰਸ਼ ਘਰੋਂ ਘਰੋਂ ਜਾ ਕੇ ਦਸਵੰਧ ਲੈ ਕੇ ਆਉਂਦੇ। ਤੁਸੀਂ ਉਹ ਵੇਲਾ ਵੀ ਯਾਦ ਕਰੋ ਜਦੋਂ ਸੰਪੂਰਨ ਆਨੰਦ ਨੇ 10,000 ਏਕੜ ਸਿੱਖਾਂ ਦੀ ਜ਼ਮੀਨ 'ਚ ਡੈਮ ਬਣਾ ਦਿੱਤਾ ਸੀ, ਉਹ ਸਾਡੀਆਂ ਜ਼ਮੀਨਾਂ ਸਾਰੀਆਂ, ਜਿਹਦਾ ਕੌਡੀ ਮੁੱਲ ਨਹੀਂ ਦਿੱਤਾ ਗਿਆ। ਬੜਾ ਔਖੇ ਹੋ ਕੇ ਸਿੱਖਾਂ ਨੇ ਇੱਥੇ ਜੰਗਲ ਆਬਾਦ ਕੀਤੇ ਔਰ ਅੱਜ ਸਨਮਾਨ ਨਾਲ ਸਿੱਖ ਜੀ ਰਹੇ ਨੇ।
ਕੋਈ ਸਰਕਾਰ ਕੋਈ ਹੋਰ ਸਾਡਾ ਦੁਸ਼ਮਣ ਨਹੀਂ ਹੈ। ਦੁੱਖ ਦੀ ਗੱਲ ਹੈ ਇਹ ਸਿੱਖ ਦਿਖਣ ਵਾਲੇ ਹੀ ਸਿੱਖੀ ਦੇ ਦੁਸ਼ਮਣ ਨੇ। ਇਹਨਾਂ ਨੇ ਸਿੱਖੀ ਦਾ ਘਾਣ ਕੀਤਾ, ਦੁਨੀਆਂ ਭਰ ਵਿੱਚ ਕੀਤਾ। ਅੱਜ ਸਾਡੇ ਕਿਸਾਨ ਰੁਲਦੇ ਪਏ ਨੇ, ਉਹਨਾਂ ਵਾਸਤੇ ਕਿਉਂ ਨਹੀਂ ਅੱਗੇ ਹੋ ਰਹੇ? ਉਹਨਾਂ ਦੀ ਸੇਵਾ ਵਿੱਚ ਕਿਉਂ ਨਹੀਂ ਅੱਗੇ ਹੋ ਰਹੇ? ਸਨਮਾਨ 'ਚ ਕਿਉਂ ਨਹੀਂ? ਕੋਈ ਗੱਲ ਸਰਕਾਰ ਨਾਲ ਕਰਨੀ? ਬਾਬਾ ਤਰਸੇਮ ਸਿੰਘ ਜੀ ਦਾ ਇਹੀ ਦੋਸ਼ ਸੀ ਕਿ ਉਹ ਕੌਮ ਦੀ ਗੱਲ ਸਰਕਾਰ ਨਾਲ ਵੀ ਕਰਦੇ ਸਨ, ਉਹ ਮੁੱਖ ਮੰਤਰੀ ਨਾਲ ਵੀ ਕਰਦੇ ਸਨ, ਉਹ ਸਿੱਖੀ ਦੇ ਮਸਲਿਆਂ ਨੂੰ ਉਠਾਉਂਦੇ ਸਨ। ਇਹ ਗੱਲ ਵੱਖਰੀ ਹੈ ਕਿ ਲੋਕ ਇਲਜ਼ਾਮ ਤਾਂ ਲੋਕ ਰੱਬ 'ਤੇ ਲਾ ਦਿੰਦੇ। ਉਹ ਵੀ ਤਾਂ ਬੰਦੇ ਹੀ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੱਥਰ ਮਾਰੇ ਸੀ। ਅਤੇ ਅਸੀਂ ਇਹ ਜਿਹੜੀ ਕਹਾਵਤ ਹੈ ਨਾ ਵੀ ਜੇ ਸਿੱਖ ਨਾ ਸਿੱਖ ਨੂੰ ਮਾਰੇ ਤਾਂ ਕੌਮ ਕਦੀ ਨਾ ਹਾਰੇ। ਅਸੀਂ ਮਰਜੀਵੜਿਆਂ ਦੀ ਕੌਮ ਆ, ਇੱਕ ਦੋ ਬੰਦੇ ਮਾਰ ਦਿਓਗੇ ਅਸੀਂ ਮਰਨ ਵਾਲੇ ਨਹੀਂ, ਇੱਕ ਦੋ ਬੰਦੇ ਦੀ ਕਿਰਦਾਰ ਕੁਸ਼ੀ ਕਰੋਗੇ ਕੌਮ ਖਤਮ ਹੋਣ ਵਾਲੀ ਨਹੀਂ। ਇਸ ਕੌਮ ਦੀਆਂ ਰਗਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਬੱਚਿਆਂ ਦਾ ਖੂਨ ਪਾਇਆ। ਅਸੀਂ ਚਰਖੜੀਆਂ 'ਤੇ ਵੀ ਚੜ੍ਹੇ ਹਾਂ, ਅਸੀਂ ਨੇਜ਼ਿਆਂ 'ਤੇ ਵੀ ਟੰਗੇ ਗਏ ਹਾਂ, ਸਾਡੇ ਬੰਦ ਵੀ ਕੱਟੇ ਗਏ ਨੇ। ਸਾਨੂੰ ਕਦੀ ਦੁੱਖ ਨਹੀਂ ਹੋਇਆ, ਅਸੀਂ ਸ਼ੌਕ ਨਾਲ ਚਾਹ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਪਰ ਮੈਂ ਅਰਜ਼ ਕਰਾਂ ਇਹ ਦੁਖਦਾਈ ਘਟਨਾ ਹੈ ਕਿ ਸਿੱਖੀ ਦੇ ਰੂਪ ਵਿੱਚ ਆ ਕੇ, ਸਿੱਖੀ ਦੇ ਭੇਖ ਵਿੱਚ ਆ ਕੇ, ਅਤੇ ਇੱਕ ਮਹਾਂਪੁਰਸ਼ ਸੇਵਾ ਦੇ ਪੁੰਜ ਨੂੰ ਆ ਕੇ ਕਤਲ ਕਰ ਜਾਂਦੇ। ਉਹ ਨਿਹੱਥੇ ਉਹਨਾਂ ਜਾਂ ਤਾਂ ਸਾਹਮਣੇ ਲਲਕਾਰ ਦੇ ਗੱਲ ਕਰਦੇ। ਬੜੀ ਵਾਰੀ ਉਹਨਾਂ ਨੂੰ ਕਿਹਾ ਗਿਆ, ਇੱਥੋਂ ਦੀਆਂ ਸੰਸਥਾਵਾਂ ਨੇ, ਸਰਦਾਰ ਅਮਰਜੀਤ ਸਿੰਘ ਜੀ ਜਨਰਲ ਸਕੱਤਰ ਨੇ ਗੁਰਦੁਆਰਾ ਨਾਨਕ ਮਾਤਾ ਸਾਹਿਬ ਦੇ, ਉਹਨਾਂ ਵੀ ਕਿਹਾ, ਹੋਰਨਾਂ ਨੇ ਵੀ ਕਿਹਾ ਵੀ ਤੁਸੀਂ ਸਿਕਿਉਰਿਟੀ ਲੈ ਲਓ। ਉਹਨਾਂ ਕਿਹਾ ਮੇਰੀ ਸਿਕਿਉਰਿਟੀ ਗੁਰੂ ਦੀ ਸੰਗਤ ਹੈ, ਮੇਰੀ ਸਿਕਿਉਰਿਟੀ ਗੁਰੂ ਦਾ ਪੰਥ ਹੈ, ਮੇਰੀ ਸਿਕਿਉਰਿਟੀ ਗੁਰੂ ਦੀ ਬਾਣੀ ਹੈ। ਉਹਨਾਂ ਨੇ ਕੋਈ ਸਿਕਿਉਰਿਟੀਆਂ ਨਾ ਲਈਆਂ, ਜੇ ਲਈ ਹੁੰਦੀ ਸ਼ਾਇਦ ਬਚ ਜਾਂਦੇ, ਪਰ ਜੋ ਹੋਣ ਹਾਰ ਹੁੰਦੀ ਹੈ ਹੋ ਜਾਂਦੀ ਹੈ। ਇਸ ਕਰਕੇ ਇਸ ਇਲਾਕੇ ਵਿੱਚ ਇਹਨਾਂ ਮਹਾਂਪੁਰਖਾਂ ਨੇ ਇਸ ਇਲਾਕੇ ਨੂੰ ਸਵਰਗ ਬਣਾਇਆ। ਇੱਥੇ ਸ਼ਰਾਬ ਦੇ ਦਰਿਆ ਵਗਦੇ ਸਨ, ਤੁਹਾਡੇ ਸਾਰੇ ਬਜ਼ੁਰਗ ਤੁਹਾਡੇ ਜਾਣਦੇ ਨੇ, ਮੈਂ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਇੱਥੇ ਇਸ ਇਲਾਕੇ 'ਚ ਸ਼ਰਾਬ ਦੇ ਦਰਿਆ ਵਗਦੇ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਉਹਨਾਂ ਨੇ, ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜੇ ਵਾਲੇ, ਇਸ ਇਲਾਕੇ 'ਚੋਂ ਆਪਣੀਆਂ ਗੱਡੀਆਂ ਅਤੇ ਆਪਣੇ ਟਰੈਕਟਰਾਂ 'ਤੇ ਸੰਗਤ ਨੂੰ ਲਿਜਾ ਕੇ ਅਤੇ ਆਪ ਕੀਰਤਨ ਕਰਕੇ ਅੰਮ੍ਰਿਤ ਸੰਚਾਰ ਕਰਦੇ ਰਹੇ। ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਕਦੀ ਆਪਣੇ ਪੈਰੀਂ ਹੱਥ ਨਹੀਂ ਲਵਾਇਆ। ਜੇ ਬਾਬਾ ਕਰਨੈਲ ਸਿੰਘ ਜੀ ਨੂੰ ਮੈਂ ਦੇਖਿਆ ਸੀ ਇੱਕ ਵਾਰੀ, ਮੈਂ ਉਹਨਾਂ ਦੇ ਨਾਲ ਜਾ ਰਿਹਾ ਤਾਂ ਕਿਸੇ ਨੇ ਪੈਰੀਂ ਹੱਥ ਲਾ ਦਿੱਤਾ, ਉਹਨਾਂ ਕੋਲ ਖੁੰਡਾ ਸੀ, ਉਹਨਾਂ ਨੇ ਵਗਾਤਾ ਮਾਰਿਆ, ਆਖਿਆ ਪੈਰੀਂ ਹੱਥ ਲਾਉਣਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਲਾਓ। ਐਸੀਆਂ ਨਿਰਮਲ ਆਤਮਾਵਾਂ ਨੂੰ ਤੁਸੀਂ ਕਤਲ ਕਰਨ ਲੱਗ ਪਏ ਹੋ, ਚੰਗੇ ਪ੍ਰਚਾਰਕਾਂ ਨੂੰ ਤੁਸੀਂ ਕਤਲ ਕਰਨ ਲੱਗ ਪਏ ਹੋ, ਚੰਗੇ ਪ੍ਰਬੰਧਕਾਂ ਨੂੰ ਤੁਸੀਂ ਕਤਲ ਕਰ ਦਿਓਗੇ ਤਾਂ ਕੌਮ ਦਾ ਕਿੱਥੇ ਜਾ ਕੇ ਉਧਾਰ ਹੋਵੇ? ਇਸ ਲਈ ਮੈਂ ਸਾਰੀ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ, ਅਕਾਲ ਚੈਨਲ ਦੇ ਮਾਧਿਅਮ ਰਾਹੀਂ, ਭਾਈ ਬਘੇਲ ਸਿੰਘ ਜੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਕੌਮ ਦੇ ਨਾਲ ਖੜੇ ਹੋ। ਸਾਡੇ ਕੋਲ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਬੜਾ ਵੱਡਾ ਸਿਧਾਂਤ ਹੈ, ਅਸੀਂ ਬੇਖਸਮੇ ਨਹੀਂ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਅਤੇ ਅਕਾਲ ਤਖਤ ਸਾਹਿਬ ਦੀ ਸੱਤਾ, ਉਹ ਸਾਡੇ ਨਾਲ ਹੈ। ਇਸ ਕਰਕੇ ਸਾਰੇ ਇਸ ਦੀ ਹਾ ਦਾ ਨਾਰਾ ਮਾਰੋ, ਸਿੰਘ ਸਾਹਿਬਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਹੋਰ ਸਾਰੇ ਤਖਤ ਦੇ ਸਿੰਘ ਸਾਹਿਬਾਨ ਨੂੰ ਵੀ ਮੈਂ ਨਮਸਕਾਰ ਕਰਦਿਆਂ ਹੋਇਆਂ, ਵੱਡੀ ਪਦਵੀ ਹੈ, ਉਹਨਾਂ ਦੇ ਚਰਨਾਂ ਦੇ ਸੀਸ ਰੱਖਦਿਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਮਤਾ ਪਾਸ ਕਰੋ। ਇਹ ਮਹਾਂਪੁਰਖਾਂ ਦੇ ਜਿਵੇਂ ਇਹ ਨਿਰਮਮ ਹੱਤਿਆ ਹੋਈ ਹੈ, ਇਸ ਤਰ੍ਹਾਂ ਦਾ ਕੋਈ ਕਾਰਨਾਮਾ ਹੋਰ ਅੰਜਾਮ ਨਾ ਦੇਵੇ, ਇਹਦੇ ਨਾਲ ਕੌਮ ਖੇਰੂੰ ਖੇਰੂੰ ਹੋਵੇਗੀ। ਕੱਲ੍ਹ ਨੂੰ ਕੋਈ ਪਤਾ ਨਹੀਂ ਤਖਤਾਂ ਦਾ ਹੀ ਵਿਰੋਧ ਹੋਣ ਲੱਗ ਪਏ, ਅੱਗੇ ਲੋਕ ਹੀ ਕਰ ਹੀ ਰਹੇ ਨੇ। ਨਹੀਂ ਬਿਲਕੁਲ ਜੀ, ਹੋ ਹੀ ਰਿਹਾ ਵਾ, ਪਰ ਗਿਆਨੀ ਜੀ ਜਿਹੜੀਆਂ ਦੋ ਤਿੰਨ ਇਲਜ਼ਾਮ ਬਾਬਾ ਜੀ ਦੇ ਲਾਏ ਜਾਂਦੇ ਨੇ, ਠੀਕ ਹੈ, ਉਹਨੂੰ ਘੋਖਣ ਦੀ ਜਾਂ ਪੜਤਾਲਣ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਇੱਕ ਇਲਜ਼ਾਮ ਲੱਗਦਾ ਵੀ ਬੱਚਿਆਂ ਨੇ ਜਿਹੜਾ ਡਾਂਸ ਕੀਤਾ, ਉਹਦੇ ਵਾਸਤੇ ਬਾਬਾ ਜੀ ਨੇ
ਆਪਣੀ ਤਨਖਾਹ ਵੀ ਲਵਾਈ ਸੀ ਔਰ ਕੋਈ ਐਡੀ ਵੱਡੀ ਗੱਲ ਵੀ ਨਹੀਂ ਕਿਉਂਕਿ ਉਹ ਬਾਹਰ ਹੋਇਆ ਗੁਰਦੁਆਰੇ ਹੱਦ ਤੋਂ, ਠੀਕ ਹੈ ਜੀ। ਦੂਜੇ ਪਾਸੇ ਇੱਕ ਬਿਨਾਂ ਹੀ ਸਿਰ ਪੈ ਤੋਂ ਜਿਵੇਂ ਤੁਸੀਂ ਦੱਸਿਆ ਵੀ ਸਬੂਤ ਦਿਓ, ਸਬੂਤ ਕੋਈ ਦਿੱਤਾ ਨਹੀਂ ਜਾਂਦਾ। ਕੁਛ ਯੂਪੀ ਦੇ ਵਿੱਚ ਪੁਰਾਣੇ ਟਾਈਮ 'ਤੇ ਜਿਹੜੇ ਪੁਲਿਸ ਨੇ ਕੁਛ ਸਾਡੇ ਸਿੱਖ ਸ਼ਹੀਦ ਕਰਤੇ ਸਨ ਉਹਨਾਂ ਨੂੰ ਲੈ ਕੇ ਇਲਜ਼ਾਮ ਲਾਇਆ, ਉਹਦਾ ਵੀ ਕੋਈ ਸਬੂਤ ਨਹੀਂ ਆਉਂਦਾ। ਤੀਜੀ ਗੱਲ ਆਉਂਦੀ ਹੈ ਜੀ, ਇੱਥੇ ਪ੍ਰੋਗਰਾਮ ਇੱਕ ਹੁੰਦਾ ਵਾ, ਨਾਮਧਾਰੀ ਸੰਪਰਦਾ ਦਾ ਪ੍ਰੋਗਰਾਮ ਹੁੰਦਾ ਵਾ, ਉਹਦਾ ਵੀ ਬਾਬਾ ਜੀ ਨੇ ਜਾਂ ਤਾਂ ਮੈਂ ਆਪਣੇ ਮੇਰੇ ਵਿਚਾਰ ਨੇ, ਠੀਕ ਹੈ ਜੀ, ਕੋਈ ਮੇਰੇ ਨਾਲ ਸਹਿਮਤ ਹੋਏ ਨਾ ਹੋਏ, ਜਾਂ ਤਾਂ ਬਾਬਾ ਜੀ ਨੇ ਇਹ ਕਿਹਾ ਹੋਇਆ ਕਿ ਮੈਂ ਦੁਬਾਰਾ ਇਹ ਕੰਮ ਕਰਾਊਂਗਾ ਹੀ ਕਰਾਊਂਗਾ। ਜੇ ਗਲਤੀ ਕਿਸੇ ਵੀ ਇਨਸਾਨ ਕੋਲ ਕਈ ਵਾਰ ਹੋ ਜਾਂਦੀ ਆ, ਮੇਰਾ ਮੰਨਣਾ ਇਹ ਆ, ਪਰ ਬਾਬਾ ਜੀ ਨੇ ਦੁਬਾਰਾ ਇਹ ਤਾਂ ਨਾ ਵੀ ਉਹਨੂੰ ਤੁਸੀਂ ਮਸੰਦ ਕਹਿਣ ਲੱਗ ਪਓ, ਤੁਸੀਂ ਉਹਨੂੰ ਮੰਤ ਕਹਿਣ ਲੱਗ ਪਓ, ਤੁਸੀਂ ਉਹਦੇ ਨੂੰ ਵੱਡੀਆਂ ਵੱਡੀਆਂ ਪਦਵੀਆਂ ਦੇਣ ਲੱਗ ਪਓ, ਇਹੋ ਜਿਹਾ ਕੰਮ ਦੁਬਾਰਾ ਤਾਂ ਨਹੀਂ ਕੀਤਾ। ਔਰ ਤੁਸੀਂ ਜਦੋਂ ਗੁਰੂ ਘਰਾਂ ਦੇ ਵਿੱਚ ਦੂਜੇ ਸੰਪਰਦਾਏ ਨੂੰ ਕਿਸੇ ਨੂੰ ਲੈ ਕੇ ਤੁਸੀਂ ਉੱਥੇ ਨਮਾਜ਼ਾਂ ਵੀ ਪੜ੍ਹਾਉਂਦੇ ਹੋ, ਤੁਸੀਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰਵਾਉਂਦੇ ਹੋ, ਉਦੋਂ ਬੇਅਦਬੀ ਨਹੀਂ ਹੁੰਦੀ? ਜੇ ਕਿਸੇ ਨੇ ਡੇਰੇ ਦੇ ਵਿੱਚ ਇੱਕ ਪਰਮਿਸ਼ਨ ਦੇਤੀ ਹੈ, ਬਾਬਾ ਜੀ ਆਪ ਉਹਦਾ ਹਿੱਸਾ ਨਹੀਂ ਸਨ, ਤੁਸੀਂ ਬਾਬਾ ਜੀ ਦੇ ਨਾਲ ਬਹੁਤ ਸਾਰੇ ਤੁਸੀਂ ਉਹਨੂੰ ਬਦਨਾਮ ਕਰਨ ਲੱਗ ਪਏ। ਬਾਬਾ ਜੀ ਇਹੋ ਜਿਹੀ ਚੀਜ਼ ਜਿਹੜੀ ਮੈਂ ਗੱਲ ਕਰਾਂ ਵੀ ਸਾਡੀ ਕੌਮ ਜਿਹੜੀ ਸਮਝਦੀ ਨੀਗੀ, ਸੋਚਦੀ ਨੀਗੀ ਵੀ ਲਾਈ ਲੱਗ ਦੇ ਤੌਰ 'ਤੇ ਅਸੀਂ ਤੁਰੇ ਜਾਂਦੇ ਹਾਂ ਵੀ ਇੱਕ ਦੇ ਪਿੱਛੇ ਲੱਗ ਕੇ ਇੱਕ। ਕਈ ਤਾਂ ਮੈਂ ਇਹੋ ਜਿਹੇ ਵੇਖੇ ਨੇ ਜਿਹਨਾਂ ਨੂੰ ਕਮੈਂਟ ਵੀ ਨਹੀਂ ਕਰਨਾ ਹੁੰਦਾ, ਕਾਪੀ ਕਰ ਕਰਕੇ ਕਮੈਂਟ ਕਰੀ ਜਾਂਦੇ, ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ? ਉਹ ਨਿਰੀ ਮੂਰਖਤਾ ਹੈ, ਹੋਰ ਕੀ ਹੈ। ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਅੱਜ ਤੁਸੀਂ ਮਹਾਂਪੁਰਖਾਂ ਦੇ ਦੁਸਹਿਰੇ 'ਤੇ ਆਏ, ਵੱਡੀ ਗਿਣਤੀ ਸੰਗਤ ਪਹੁੰਚੀ ਹੈ, ਪਰ ਦੋ ਤਿੰਨ ਦਿਨਾਂ ਬਾਅਦ ਤੁਸੀਂ ਭੁੱਲ ਜਾਓਗੇ, ਤੁਸੀਂ ਫਿਰ ਆਪਣੇ ਆਪਣੇ ਕੰਮ ਹੀ ਲੱਗ ਜਾਓਗੇ। ਇਹ ਨਾਨਕ ਮਾਤਾ ਸਾਹਿਬ ਉੱਤਰਾਖੰਡ ਵਿੱਚ, ਭਾਰਤ ਵਿੱਚ ਇੱਕ ਗੁਰਮਤ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਦਾ ਮਰਕਜ਼ ਹੈ, ਕੇਂਦਰ ਹੈ। ਇੱਥੇ ਵੱਡੇ ਵੱਡੇ ਯੋਗੀਆਂ ਨੇ ਆਪਣੇ ਮੱਠ, ਉਹਨਾਂ ਦੇ ਨਾਮ ਬਦਲ ਗਏ, ਉਹਨਾਂ ਦੇ ਮੱਠਾਂ ਦੇ ਨਾਮ ਗੁਰੂ ਨਾਨਕ ਮਤ ਹੋ ਗਿਆ। ਗੁਰੂ ਨਾਨਕ ਮੱਤਾ ਦਾ ਮਤਲਬ ਹੈ ਗੁਰੂ ਨਾਨਕ ਦੀ ਮੱਤ, ਗੁਰੂ ਨਾਨਕ ਦਾ ਸਿਧਾਂਤ, ਸਭੇ ਸਾਂਝੀ ਵਾਲ ਸਦਾਇਣ ਤੋਂ ਕਿਸੇ ਨਾ ਦਿਸੇ ਬਾਹਰ ਆ ਜੀਓ। ਨਾਨਕ ਮਤਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਭਾਈ ਅਮਰਜੀਤ ਸਿੰਘ ਜੀ ਜਨਰਲ ਸਕੱਤਰ ਬੈਠੇ ਨੇ, ਸਾਡੇ ਕੀਰਤਨੀ ਹੈ ਬਹੁਤ ਪਿਆਰੇ, ਦੇਸ਼ਾਂ ਵਿਦੇਸ਼ਾਂ 'ਚ ਨਾਮ ਕਮਾਇਆ ਭਾਈ ਗੁਰਮੀਤ ਸਿੰਘ ਜੀ, ਮੀਤ ਬੈਠੇ ਨੇ, ਹੋਰ ਸੱਜਣ ਬੈਠੇ, ਆਪ ਸਾਰੇ ਹੋ। ਮੈਂ ਸਾਰੀ ਕੌਮ ਨੂੰ ਇਹ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਮੇਰੀ ਕੌਮ ਮੇਰੇ ਗੁਰੂ ਦਾ ਹੀ ਰੂਪ ਹੈ, ਕੋਈ ਫਰਕ ਨਹੀਂ ਹੈ, ਅਤੇ ਮੈਂ ਇਸ ਲਈ ਸਾਰੇ ਕੌਮ ਦੇ ਚਰਨਾਂ 'ਤੇ ਸਿਰ ਰੱਖ ਕੇ ਬੇਨਤੀ ਕਰਨਾ ਚਾਹੁੰਦਾ, ਇੱਕ ਵੱਡਾ ਸਮਾਗਮ ਹੋਰ ਕਰੋ। ਇਹ ਭੋਗ ਸਮਾਗਮ, ਅੰਤਿਮ ਅਰਦਾਸ ਸਮਾਗਮ, ਦੁਸਹਿਰੇ ਸਮਾਗਮ ਤੋਂ ਬਾਅਦ ਸਾਰੇ ਤਰੀਕਾਂ ਵਿਚਾਰ ਕੇ ਉਹਦੇ ਸਾਰੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰੋ, ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਕਰੋ, ਉਹ ਵੀ ਆਉਣ, ਔਰ ਸਾਰੇ ਜਿਹੜੇ ਸਿੱਖ ਆਗੂ ਨੇ ਉਹਨਾਂ ਨੂੰ ਬੁਲਾਓ, ਇੱਥੇ ਸਾਰਾ ਇਲਾਕਾ ਇਕੱਠਾ ਹੋਵੇ, ਇੱਥੇ ਮਤਾ ਪਾਸ ਕਰੋ, ਸਾਰੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨੂੰ ਪ੍ਰਵਾਨ ਕਰਦੇ ਹੋਏ ਸਰਕਾਰ ਨੂੰ ਵੀ ਮਿਲੋ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਨੂੰ ਛੱਡਣ ਦਾ ਕੋਈ ਮਤਲਬ ਨਹੀਂ ਹੈਗਾ। ਪਰ ਇਹ ਦੁੱਖ ਦੀ ਗੱਲ ਹੈ, ਤੁਸੀਂ ਮਾਰਿਆ ਕਿਸ ਨੂੰ ਹੈ? ਕੋਈ ਬੰਦੂਕ ਲੈ ਕੇ ਤੁਹਾਡੇ 'ਤੇ ਨਹੀਂ ਆਇਆ ਕਿ ਦਰਵੇਸ਼ ਪੁਰਖ, ਇੱਕ ਨਾਮ ਜਪਣ ਵਾਲੀ ਆਤਮਾ, ਉਹ ਫਲਾਣੇ ਥਾਂ ਜੀ ਨਾਚ ਕਰਾ ਦਿੱਤਾ ਜੀ ਗੁਰਦੁਆਰੇ ਜੀ। ਦੁਨੀਆ ਭਰ ਦੇ CM PM ਜਾਂਦੇ ਨੇ, ਸਕੂਲਾਂ ਦੇ ਬੱਚੇ ਆਪਣੀ ਪਰੇਡ ਕਰਦੇ ਨੇ, ਉਹ ਪਰੇਡ ਹੈਗੀ ਹੈ, ਉਹਨੂੰ ਪਰੇਡ ਦਾ ਨਾਮ ਹੈ, ਸਾਰੀ ਦੁਨੀਆ 'ਚ ਕਰਦੇ ਨੇ। ਕਿਹੜਾ ਸਾਡੇ ਪੰਜਾਬ ਦੇ CM ਲਾ ਲਓ, ਹੋਰ ਦੁਨੀਆ ਦੇ ਸਟੇਟਾਂ ਦੇ ਲਾ ਲਓ, ਜਾਂਦੇ ਨੇ ਪਰੇਡ ਕਰਦੇ ਨੇ, ਉਹਨਾਂ ਦੀ ਪਰੇਡ ਹੈਗੀ ਹੈ, ਉਹਦੇ 'ਚ ਕੋਈ ਹਰਜ਼ ਨਹੀਂ ਹੈ। ਉਹ ਇੱਕ ਬੰਦੇ 'ਤੇ ਲਾ ਕੇ, ਇਹ ਅੰਦਰ ਦੀ ਈਰਖਾ ਹੈਗੀ ਹੈ, ਇਹ ਅੰਦਰ ਦਾ ਵਿਰੋਧ ਹੈਗਾ ਜਿਹੜੇ ਦੇਖ ਨਹੀਂ ਸਕਦੇ। ਇਸ ਕਰਕੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਨਿਮਰਤਾ ਸਹਿਤ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਆਪ ਵੀ, ਸਿੰਘ ਸਾਹਿਬ ਸਾਡੇ ਬਹੁਤ ਹੀ ਵਿਦਵਾਨ ਸਤਿਕਾਰਯੋਗ ਗਿਆਨੀ ਰਘਵੀਰ ਸਿੰਘ ਜੀ ਹਨ, ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ, ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰੇ ਬੇਨਤੀ ਵੱਲ ਨਾ ਦੇਖੋ, ਸਾਰੀ ਕੌਮ ਵੱਲ ਦੇਖੋ। ਇਸ ਤਰ੍ਹਾਂ ਮਾਰਨ ਲੱਗ ਪੈਣਗੇ, ਕੱਲ੍ਹ ਨੂੰ ਕੋਈ ਜਥੇਦਾਰਾਂ ਨੂੰ ਮਾਰਨ ਲੱਗ ਪਏਗਾ, ਕੱਲ੍ਹ ਨੂੰ ਸਾਡੇ ਕੌਮ ਦੇ ਲੀਡਰਾਂ ਨੂੰ ਮਾਰਨ ਲੱਗ ਪਏਗਾ। ਇਹ ਦਰਵੇਸ਼ ਮਹਾਂਪੁਰਖਾਂ ਨੇ ਤੁਹਾਡਾ ਵਿਗਾੜਿਆ ਕੀ ਹੈ, ਜਿਹੜੇ ਗਜ਼ਾ ਕਰਕੇ ਲਿਆ ਕੇ ਅਤੇ ਸੰਗਤ ਨੂੰ ਲੰਗਰ ਛਕਾਉਂਦੇ ਨੇ, ਇਹਨਾਂ ਦਾ ਕਸੂਰ ਕੀ ਹੈ?
ਬਸ ਇਹੀ ਕਸੂਰ ਹੈ ਕਿ ਤੁਹਾਨੂੰ ਇਮਾਰਤਾਂ ਬਣਾ ਬਣਾ ਦੇ ਰਹੇ ਨੇ, ਤੁਹਾਨੂੰ ਦੀਵਾਨ ਹਾਲ ਬਣਾ ਬਣਾ ਦੇ ਰਹੇ ਨੇ, ਤੁਹਾਨੂੰ ਸਰੋਵਰ ਬਣਾ ਬਣਾ ਦੇ ਰਹੇ ਨੇ, ਤੁਹਾਨੂੰ ਵਿਦਿਆਲੇ ਬਣਾ ਬਣਾ ਦੇ ਰਹੇ ਨੇ, ਤੁਸੀਂ ਦੂਰ ਦਰਾਜ ਤੋਂ ਯਾਤਰਾ ਕਰਨ ਆਉਂਦੇ ਹੋ ਤੁਹਾਨੂੰ ਸਰਾਵਾਂ ਬਣਾ ਬਣਾ ਦੇ ਰਹੇ ਨੇ, ਤੁਹਾਡੇ ਕੋਲ ਮੰਗਦੇ ਕੱਖ ਨਹੀਂ, ਅਤੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਗਏ ਹੋ, ਤੁਸੀਂ ਉਹਨਾਂ ਦੇ ਕਤਲ ਕਰਦੇ ਹੋ। ਇਸ ਲਈ ਮੈਂ ਸਾਰੀ ਕੌਮ ਨੂੰ ਬੇਨਤੀ ਕਰਾਂਗਾ, ਇੱਕ ਇਲਾਕੇ ਦੀ ਗੱਲ ਨਹੀਂ ਹੈ, ਇੱਕ ਦੇਸ਼ ਦੀ ਗੱਲ ਨਹੀਂ ਹੈ, ਸਾਰੀ ਦੁਨੀਆ 'ਚ ਜਿੱਥੇ ਜਿੱਥੇ ਕੋਈ ਸਿੱਖ ਵੱਸਦਾ ਆਪਣੇ ਅੰਦਰ ਝਾਤ ਮਾਰੋ, ਗੁਰੂ ਨੂੰ ਬੇਨਤੀ ਕਰੋ, ਇਕੱਠੇ ਹੋਵੋ ਅਤੇ ਤੁਸੀਂ ਇਕੱਠੇ ਹੋ ਕੇ ਦੁਨੀਆ ਦੀ ਹਰ ਜਿਹੜੀ ਪ੍ਰਾਪਤੀ ਹੈ ਉਹ ਕਰ ਸਕਦੇ ਹੋ। ਤੁਹਾਡੇ 'ਚ ਇਹ ਤੌਫੀਕ ਹੈ, ਇਹ ਤੁਹਾਡੇ ਵਿੱਚ ਮਹਾਰਾਜ ਨੇ ਬਖਸ਼ਿਆ ਹੋਇਆ ਬਲ ਹੈਗਾ। ਇੱਕ ਦੂਜੇ ਦੀ ਨਿੰਦਾ ਨਾ ਕਰੋ, ਇੱਕ ਦੂਜੇ ਨੂੰ ਮਾੜਾ ਨਾ ਆਖੋ, ਇੱਕ ਦੂਜੇ 'ਤੇ ਹਥਿਆਰ ਨਾ ਚੁੱਕੋ। ਜਿਹੜਾ ਗੁਰੂ ਸਾਹਿਬ ਨੇ ਤੁਹਾਨੂੰ ਕਿਰਪਾਨ ਬਖਸ਼ੀ ਹੈ ਇਹਦੇ ਨਾਲ ਮਜ਼ਲੂਮ ਦੀ ਰਾਖੀ ਕਰੋ, ਸ਼ਸਤਰ ਮਜ਼ਲੂਮ ਦੀ ਰੱਖਿਆ, ਜਰਵਾਣੇ ਦੀ ਪੱਖਿਆ, ਉਸ ਤਰ੍ਹਾਂ ਚਲੋ। ਤੁਹਾਨੂੰ ਕਿਰਪਾਨ ਅੰਮ੍ਰਿਤ ਦੇ ਬਾਟੇ 'ਚ ਡੋਬ ਕੇ ਗੁਰੂ ਨੇ ਬਖਸ਼ੀ ਹੈ, ਤੁਹਾਨੂੰ ਜ਼ਹਿਰ 'ਚ ਡੋਬ ਕੇ ਨਹੀਂ ਬਖਸ਼ੀ ਕਿ ਤੁਸੀਂ ਇੱਕ ਦੂਜੇ ਦੇ ਕਤਲ ਕਰਨ ਲੱਗ ਪਓ, ਤੁਸੀਂ ਇੱਕ ਦੂਜੇ ਨੂੰ ਮਾਰਨ ਲੱਗ ਪਓ। ਇਸ ਲਈ ਮੈਂ ਤਾਂ ਇੱਕ ਨਿਮਾਣੇ ਸਿੱਖ ਵਜੋਂ ਬੇਨਤੀ ਕਰਦਾ ਕਿ ਕੌਮ ਇਕੱਠੀ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਦੁਨੀਆ 'ਤੇ ਲੈ ਜਾਈਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ। ਜੇ ਕੋਈ ਕਿਸੇ 'ਤੇ ਇਲਜ਼ਾਮ ਲਾਉਂਦਾ ਉਹਦੀ ਘੋਖ ਕਰੋ, ਉਹਦੀ ਪੜਤਾਲ ਕਰੋ। ਇਲਜ਼ਾਮ ਲਾਉਣ ਵਾਲੇ ਤਾਂ ਤੁਹਾਡੇ ਸਾਰੇ, ਤੁਹਾਡੀ ਸਾਰੀ ਕੌਮ ਨੂੰ ਅੱਤਵਾਦੀ ਕਹੀ ਜਾ ਰਹੇ ਨੇ। ਤੁਸੀਂ ਮੰਨ ਲਓਗੇ ਕਿ ਅਸੀਂ ਅੱਤਵਾਦੀ ਹਾਂ? ਅਸੀਂ ਦੇਸ਼ ਭਗਤ ਹਾਂ, ਅਸੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ। ਅੰਡੇਮਾਨ ਦੀ ਜੇਲ੍ਹ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸ਼ਹੀਦਾਂ ਦੇ ਨਾਮ ਨੇ ਤੁਹਾਡੇ ਲਿਖੇ ਹੋਏ, ਤੁਸੀਂ ਜਾ ਕੇ ਪੜ੍ਹੋ। ਉਹਨਾਂ ਸੈਲੂਲਰ ਜੇਲ੍ਹ ਵਿੱਚ ਜਾ ਕੇ ਦੇਖੋ, ਉਹਦੀਆਂ ਬੈਰਕਾਂ 'ਚ ਦੇਖੋ, ਤੁਹਾਡੇ ਨਾਮ ਲਿਖੇ ਹੋਏ। ਤੁਸੀਂ ਆਪਣੇ ਨਾਮ ਪੜ੍ਹੋ, ਆ ਤੁਸੀਂ ਦਿੱਲੀ ਦਾ ਜਿਹੜਾ ਇੰਡੀਆ ਗੇਟ ਜਾ ਕੇ ਪੜ੍ਹੋ, 75% ਜਿਹੜੇ ਦੇਸ਼ ਲਈ ਸ਼ਹੀਦ ਹੋਏ ਨੇ ਉਹ ਸ਼ਹੀਦ ਸਿੱਖ ਹੋਏ ਨੇ। ਉਹਨਾਂ ਦੇ ਨਾਮ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਮਹਾਂਪੁਰਖਾਂ ਨੂੰ ਮਾਰਨ ਲੱਗ ਪਏ ਹੋ, ਇਹ ਚੰਗੀ ਗੱਲ ਨਹੀਂ। ਅਜੇ ਵੀ ਕੌਮ ਕੋਲੋਂ ਮਾਫ਼ੀ ਮੰਗੋ, ਆਪਣੇ ਗੁਨਾਹ ਕਬੂਲ ਕਰੋ, ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਵੋ, ਮਹਾਰਾਜ ਦੇ ਕੋਲੋਂ ਮਾਫ਼ੀ ਮੰਗੋ। ਗੁਨਾਹ ਹੋਇਆ, ਬਹੁਤ ਵੱਡਾ ਗੁਨਾਹ ਹੋਇਆ, ਛੋਟਾ ਨਹੀਂ ਹੋਇਆ। ਇਸ ਲਈ ਮੈਂ ਫਿਰ ਤੋਂ ਸਾਰੀ ਕੌਮ ਨੂੰ ਗੁਜ਼ਾਰਿਸ਼ ਕਰਦਾ, ਇਕੱਠੇ ਹੋਵੋ, ਗੁਰੂ ਨਾਲ ਜੁੜੋ, ਅਤੇ ਗੁਰੂ ਨਾਲ ਜੋੜਨ ਵਾਲਿਆਂ ਦੇ ਨਾਲ ਵੀ ਖੜ੍ਹੇ ਹੋਵੋ, ਸੱਚ ਦੇ ਨਾਲ ਵੀ ਖੜ੍ਹੇ ਹੋ। ਮੈਂ ਫਿਰ ਭਾਈ ਅਮਰਜੀਤ ਸਿੰਘ ਹੋਣੀ ਜਨਰਲ ਸਕੱਤਰ ਨੇ ਤਖ਼ਤ ਆਪਣਾ ਹਰਿਮੰਦਰ ਸਾਹਿਬ ਨਾਨਕ ਮਤਾ ਸਾਹਿਬ ਦੇ, ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਇੱਕ ਵੱਡਾ ਸਮਾਗਮ ਉਲੀਕੋ, ਸਾਰੇ ਮਿਲ ਕੇ ਇਸ ਦੁਸਹਿਰਾ ਸਮਾਗਮ ਤੋਂ ਬਾਅਦ ਸਾਰੀ ਕੌਮ ਨੂੰ ਸੱਦਾ ਪੱਤਰ ਦਿਓ, ਸਾਰੇ ਸਿੰਘ ਸਾਹਿਬਾਨਾਂ ਨੂੰ ਸੱਦਾ ਪੱਤਰ ਦਿਓ, ਅਤੇ ਮਿਲ ਕੇ ਵਿਚਾਰੋ। ਜੇ ਤੁਸੀਂ ਆਪਣਿਆਂ ਨੂੰ ਮਾਰਨ ਲੱਗ ਪਏ, ਤੁਸੀਂ ਆਪਣੀ ਬੇੜੀ ਆਪ ਹੀ ਡੋਬਣ ਲੱਗ ਪਏ, ਤੁਹਾਡਾ ਮਲਾਹ ਕੌਣ ਬਣੇਗਾ? ਇਸ ਲਈ ਮੇਰੇ ਇਹਨੇ ਬਚਨਾਂ ਨੂੰ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।